ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅਸਹਿਣਸ਼ੀਲਤਾ ਦੇ ਮੁੱਦੇ ਤੇ ਅਸੀਂ ਦੋ ਪੜਾਅ ਦੀ ਚਰਚਾ ਕਰ ਰਹੇ ਹਾਂ। ਪਹਿਲੇ ਪੜਾਅ ਦੀ ਚਰਚਾ ਜਿਸ ਤਰ੍ਹਾਂ ਵਿਨੀਤ ਜੋਸ਼ੀ ਜੀ, ਸਾਹ ਇਕਬਾਲ ਸਿੰਘ ਲਾਲਪੁਰਾ ਤੇ ਇਸੇ ਤਰ੍ਹਾਂ ਮਜੀਠੀਆ ਸਾਹਿਬ, ਉਹ ਬਹਿਸ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ। ਇੰਨੇ ਹੀ ਮੁੱਦਿਆਂ ਨੂੰ ਲੈ ਕੇ ਅਸੀਂ ਦੂਜੇ ਪੜਾਅ ਦੀ ਚਰਚਾ 'ਚ ਇਹਨਾਂ ਮਹਿਮਾਨਾਂ ਦੇ ਨਾਲ ਮੁੜ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ। ਜਿਹੜੇ ਕਿ ਅਹਿਮ ਸਵਾਲ ਅਸੀਂ ਪਹਿਲੇ ਪੜਾਅ 'ਚ ਨਹੀਂ ਲੈ ਸਕੇ, ਇਸ ਪੜਾਅ ਦੀ ਚਰਚਾ 'ਚ ਅਸੀਂ ਉਹਨਾਂ ਮੁੱਦਿਆਂ 'ਤੇ ਚਰਚਾ ਕਰਾਂਗੇ। ਜੋਸ਼ੀ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਇਨਟੋਲਰੈਂਸ ਦੀ, ਪਿਛਲੇ ਦਿਨਾਂ ਦੇ ਅੰਦਰ ਕੁਝ ਦਿਨਾਂ ਦੀ ਗੱਲ ਹੈਗੀ ਹੈ ਕਿ ਬਾਲੀਵੁੱਡ ਦੇ ਜਿਹੜੇ ਕਲਾਕਾਰ ਹੈ ਕਰਨ ਜੌਹਰ, ਉਹਨੇ ਖਾਸ ਤੌਰ 'ਤੇ ਗੱਲ ਕਹੀ ਕਿ ਜਦੋਂ ਮੈਂ ਕੋਈ ਗੱਲ ਕਹਿਣਾ ਹੈ, ਕਿਤੇ ਬੋਲਦਾ ਭਾਸ਼ਣ ਦਿੰਦਾ ਆਪਣਾ ਕਿਸੇ ਸਬਜੈਕਟ ਦੇ ਉੱਤੇ, ਤਾਂ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਖਿਲਾਫ਼ ਕਿਤੇ ਨਾ ਕਿਤੇ ਪਰਚਾ ਜਿਹੜਾ ਹੈਗਾ ਦਰਜ ਹੋ ਜਾਏਗਾ। ਇਸ ਤਰ੍ਹਾਂ ਦੀ ਜਿਹੜੀ ਡਰ ਦੀ ਭਾਵਨਾ ਇਕੱਲੇ ਇੱਕ ਬਾਲੀਵੁੱਡ ਦੇ ਕਲਾਕਾਰ ਦੀ ਨਹੀਂ ਹੈ, ਦੂਜਿਆਂ ਵੱਲੋਂ ਵੀ ਸਮੇਂ ਸਮੇਂ 'ਤੇ ਇੱਦਾਂ ਦੇ ਕਮੈਂਟਸ ਜਿਹੜੇ ਹੈਗੇ ਆ, ਟਿੱਪਣੀਆਂ ਆਉਂਦੀਆਂ ਰਹੀਆਂ। ਮੈਂ ਨਹੀਂ ਕਹਿੰਦਾ ਕਿ ਇਹਦੇ ਲਈ ਕੋਈ ਇੱਕ ਤਰਜੁਮੇਪਾਰ ਹੈ, ਪਰ ਮੁਲਕ ਦੇ ਵਿੱਚ ਇੱਦਾਂ ਦਾ ਮਾਹੌਲ ਕਿਉਂ ਬਣਿਆ ਕਿ ਆਖਿਰ ਸਾਡੇ ਜਿਹੜੇ ਸਾਡਾ ਇੱਕ ਤਰ੍ਹਾਂ ਦਾ ਸਾਡਾ ਇਮੇਜ ਹੈ, ਸਾਡਾ ਫੇਸ ਹੈ, ਉਹਨਾਂ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਪੈ ਰਹੀਆਂ? ਦੇਖੋ, ਦੋ ਗੱਲਾਂ ਨੇ। ਅਗਰ ਉਹਨਾਂ ਖਿਲਾਫ਼ ਕੋਈ ਪਰਚਾ ਦਰਜ ਹੁੰਦਾ ਹੈ, ਉਹ ਦੇਸ਼ ਦੇ ਅੰਦਰ ਕਾਨੂੰਨ ਹੈ, ਕਾਨੂੰਨ ਦੀ ਕੋਈ ਧਾਰਾ ਦੇ ਤਹਿਤ ਹੀ ਹੁੰਦਾ। ਦੂਸਰਾ, ਫਰੀਡਮ ਆਫ ਐਕਸਪ੍ਰੈਸ਼ਨ ਹੈ, ਫਰੀਡਮ ਆਫ ਸਪੀਚ ਹੈ ਜੀ, ਪਰ ਫਰੀਡਮ ਆਫ ਹੇਟਰਡ ਨਹੀਂ ਹੈ, ਫਰੀਡਮ ਆਫ ਹਰਟਿੰਗ ਅਦਰ ਵਨ ਨਹੀਂ ਹੈ। ਤੁਸੀਂ ਆਪਣੀ ਫਰੀਡਮ ਆਫ ਸਪੀਚ ਨਾਲ ਕਿਸੇ ਹੋਰ ਦੇ ਨੂੰ ਤੁਸੀਂ ਹਰਟ ਨਹੀਂ ਕਰ ਸਕਦੇ, ਠੀਕ ਹੈ ਨਾ। ਔਰ ਜਿਹਨਾਂ ਖਿਲਾਫ਼ ਪਰਚੇ ਦਰਜ ਹੁੰਦੇ ਨੇ, ਤਾਂ ਇੱਕ ਦੇਸ਼ ਦੀ ਕਾਨੂੰਨ ਹੈ, ਕਾਨੂੰਨ ਦੀ ਧਾਰਾ ਤਹਿਤ ਹੁੰਦੇ ਨੇ। ਉਸ 'ਚ ਕੋਈ ਇੱਕ ਪਰਟੀਕੁਲਰ ਆਈਡੀਓਲੋਜੀ ਜਾਂ ਪੋਲੀਟੀਕਲ ਪਾਰਟੀ ਰਿਸਪੋਂਸੀਬਲ ਨਹੀਂ। ਸਰਕਾਰ ਥੋੜ੍ਹੀ ਕੇਸ ਦਰਜ ਕਰਨ ਵਾਸਤੇ ਤੁਸੀਂ CRPC ਚੱਕੋ, ਉਹਦੇ ਤਹਿਤ ਜਾ ਕੇ IPC ਜਾ ਕੇ ਤੁਸੀਂ ਦਰਜ ਕਰਾ ਲਓ ਕੇਸ, ਠੀਕ ਹੈ। ਉਹਦੇ ਵਾਸਤੇ ਕਿ ਸਰਕਾਰ ਦੀ ਜ਼ਰੂਰਤ ਥੋੜ੍ਹੀ ਹੈ, ਜੇ ਥਾਣਾ ਨਹੀਂ ਦਰਜ ਕਰਦੇ ਕੋਰਟ ਜਾਏ ਕਰ ਦਿਓ। ਹੁਣ ਕੋਰਟ ਤਾਂ ਲੈ ਲੈਂਦੀ ਹੈ, ਹੁਣ ਪੁਆਇੰਟ ਹੈ ਜੇ ਕੋਰਟ ਲੈ ਲੈਂਦੀ ਹੈ, ਤੁਸੀਂ ਹਾਲੇ ਸਿਰਫ ਐਕਟਰਸ ਤੇ ਰਹੋ, ਤੁਸੀਂ ਪੋਲੀਟੀਕਲ ਵੈਂਡੇਟਾ ਤੇ ਨਾ ਜਾਓ, ਹਾਲੇ ਸਿਰਫ ਐਕਟਰਸ ਦੀ ਗੱਲ ਹੋ ਰਹੀ ਹੈ, ਤੁਸੀਂ ਸਿਸਟਮ ਦੀ ਗੱਲ ਕਰਦੇ। ਹਾਂ, ਤੁਸੀਂ ਐਕਟਰਸ ਦੀ ਗੱਲ ਕੀਤੀ ਨਾ, ਹੁਣ ਜੇ ਕਰਨ ਜੌਹਰ ਦੀ ਗੱਲ ਕਰਦੇ ਜਾਂ ਹੋਰ ਐਕਟਰਸ ਦੀ, ਕਹਿੰਦੇ ਕਿ ਅਸੀਂ ਬੋਲਦੇ ਸਾਡੇ ਪਰਚੇ ਦਰਜ ਹੁੰਦੇ, ਨਾ ਮਾੜਾ ਬੋਲੋ, ਠੀਕ ਹੈ ਨਾ। ਜੇ ਪਰਚੇ ਜਿਹਨੂੰ ਮਾੜਾ ਲੱਗਦਾ ਕਰ ਲੈਂਦਾ, ਉਹ ਕੋਈ ਧੱਕੇ ਨਾਲ ਪਰਚਾ ਥੋੜ੍ਹੀ ਦਰਜ ਹੋ ਜਾਂਦਾ ਪੁਲਿਸ ਥਾਣੇ ਜਾ ਕੇ, ਉਹ ਕਿਤੇ ਨਾ ਕਿਤੇ ਕਾਨੂੰਨ ਐਗਜ਼ਿਸਟ ਕਰਦਾ, ਉਹ ਤਹਿ ਦੀ ਜਸ ਜੀ ਦੀ ਫੀਲਿੰਗ ਕਿਉਂ ਆ ਰਹੀ ਹੈ, ਕਿਹਦੇ ਅੰਦਰ ਫੀਲਿੰਗ ਆ ਰਹੀ ਹੈ? ਇਦਾਂ ਦੇ ਜਿਹੜੇ ਸਾਡੇ ਬਾਲੀਵੁੱਡ ਦੇ ਕਲਾਕਾਰ ਨੇ, ਦੂਜੇ ਲੇਖਕ ਹੈ, ਦੂਜਿਆਂ ਦੇ ਵਿੱਚ ਸਰ ਦੇਖੋ, ਦੋ ਅਲੱਗ ਅਲੱਗ ਇਸ਼ੂਜ਼ ਨੇ। ਬਾਲੀਵੁੱਡ ਦੇ ਕਲਾਕਾਰ ਜਿਹੜੇ ਹੈ, ਕੋਈ ਵੀ ਇਸ ਦੇਸ਼ ਦੇ ਅੰਦਰ ਉਹਨੂੰ ਇਹ ਧਿਆਨ ਰਹਿਣਾ ਚਾਹੀਦਾ ਹੈ ਕਿ ਜਦ ਉਹ ਕੋਈ ਗੱਲ ਬੋਲਦੇ ਨੇ, ਉਹ ਆਪਣੀ ਗੱਲ ਨੂੰ ਇਹਨਾਂ ਸ਼ਬਦਾਂ 'ਚ ਰੱਖਣ ਕਿ ਗੱਲ ਦੂਜੇ ਸਮੁਦਾਇ ਜਾਂ ਕਿਸੇ ਬੰਦੇ ਨੂੰ ਕਨਵੇ ਵੀ ਹੋ ਜਾਏ, ਔਰ ਕਿਸੇ ਦੀ ਫੀਲਿੰਗਸ ਹਰਟ ਨਾ ਹੋਣ, ਖਾਸ ਕਰ ਕਿਸੇ ਰਿਲੀਜੀਅਸ ਫੀਲਿੰਗਸ ਨਾ ਹਰਟ ਹੋਣ। ਪੁਆਇੰਟ ਹੈ ਕਿ ਉਹ ਮਰਿਆਦਾ ਜਦ ਤੁਸੀਂ ਭੰਗ ਕਰੋਗੇ, ਚਾਹੇ ਉਹ ਬਾਲੀਵੁੱਡ ਦਾ ਐਕਟਰ ਹੈ ਚਾਹੇ ਹੋਰ ਨੇ, ਸਾਰਿਆਂ ਉੱਪਰ ਪਰਚੇ ਦਰਜ ਹੁੰਦੇ ਨੇ, ਇਹੋ ਜਿਹੇ ਨਹੀਂ ਕਿ ਬਖਸ਼ੇ ਜਾਂਦੇ ਨੇ, ਹਰ 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 ਪੋਲੀਟੀਕਲ ਲੀਡਰਸ ਕੋ ਉੱਪਰ ਵੀ ਹੁੰਦੇ ਨੇ। ਹੁਣ ਇਹ ਕਹਿ ਕੇ ਹਟੇ ਨੇ ਹਲੇ ਕਿ ਇੱਕ BJP ਦੇ ਸੀਨੀਅਰ ਲੀਡਰ ਉੱਪਰ UP 'ਚ ਹੋਇਆ ਸੀਗਾ, ਸੋ ਦਰਜ ਹੋ ਜਾਂਦੇ ਨੇ UP 'ਚ ਵੀ, ਇਸ ਕਰਕੇ ਹੋਇਆ ਕਿ ਆਪਾਂ ਨੂੰ ਪਤਾ ਯੂਪੀ ਸਰਕਾਰ ਨਹੀਂ ਇੱਕ ਨਹੀਂ। ਮੈਂ ਕਹਿ ਰਿਹਾ ਕਿ ਕੋਈ ਵੀ ਮਰਿਆਦਾ ਭੰਗ ਕਰੇਗਾ ਉਹਦੇ ਉੱਪਰ ਪਰਚਾ ਦਰਜ ਹੋਏਗਾ, ਸੋ ਕਰਨ ਜੌਹਰ ਨੂੰ ਮਰਿਆਦਾ 'ਚ ਰਹਿਣਾ ਚਾਹੀਦਾ ਜੀ ਜੀ, ਠੀਕ ਹੈ ਜੀ। ਹੁਣ ਆਮਿਰ ਖਾਨ ਹੈ, ਆਮਿਰ ਖਾਨ ਨੇ ਇੱਕ ਵਾਰ ਇਸ਼ੂ ਟੇਕਅਪ ਕੀਤਾ, ਉਹਨੇ ਹੁਣ ਕਲੈਰੀਫਾਈ ਕੀਤਾ ਕਿ ਮੈਂ ਇਹ ਗੱਲ ਨੂੰ ਇਸ ਤਰ੍ਹਾਂ ਨਹੀਂ ਕਿਹਾ, ਮੇਰੀ ਗੱਲ ਨੂੰ ਉਸ ਤਰ੍ਹਾਂ ਲਿਆ ਗਿਆ, ਸੋ ਉਹਨੇ ਹੁਣ ਉਨਾ ਹੀ ਉਹਨੂੰ ਰੈਸੀਪ੍ਰੋਕੇਟ ਨੇਸ਼ਨ ਕਰ ਰਿਹਾ ਹੈ। ਇੱਕ ਗੱਲ ਹੋਰ ਕਹਿਣਾ ਚਾਹੂੰਗਾ, ਮੇਰੀ ਗੱਲ ਥੋੜ੍ਹੀ ਧਿਆਨ ਨਾਲ ਸੁਣੋ ਤੁਸੀਂ। ਦੇਖੋ, ਇਨਟੋਲਰੈਂਸ ਹੈ, ਠੀਕ ਹੈ। ਹੁਣ ਇਨਟੋਲਰੈਂਸ ਤਾਂ ਤੁਸੀਂ ਅੱਜ ਸਾਡੀ ਸਰਕਾਰ ਬਣਨ ਤੋਂ ਬਾਅਦ ਚੱਕ ਰਹੇ ਹੋ, ਹੈ ਨਾ। 10 ਸਾਲ ਕਾਂਗਰਸ ਸਰਕਾਰ ਦੀ, ਇੰਨੇ ਵੱਡੇ ਸਕੈਂਡਲ ਹੋ ਗਏ, ਤਾਂ ਤਾਂ ਇਹ ਲੇਖਕ ਜਾਗੇ ਨਾ, ਤਾਂ ਤਾਂ ਇਹ ਲੋਕ ਜਾਗੇ ਨਾ, ਤਾਂ ਤਾਂ ਇਹਨਾਂ ਨੇ ਅਵਾਰਡ ਵਾਪਸੀ ਨਹੀਂ ਕੀਤੀ, ਦੇਸ਼ 'ਚ ਐਮਰਜੈਂਸੀ ਲੱਗੀ ਤਾਂ ਕਿਉਂ ਤੁਸੀਂ ਅਵਾਰਡ ਵਾਪਸ ਕਰ ਲਏ, ਠੀਕ ਹੈ, 84 ਦੰਗੇ ਤਾਂ ਕਿਉਂ ਨਹੀਂ ਕਰ ਲਏ, ਪਾਗਲਪੁਰ ਰਾਈਟਸ ਤਾਂ ਕਿਉਂ ਨਹੀਂ ਕਰ ਲਏ, ਤੁਸੀਂ ਹੁਣ ਹੀ ਕਿਉਂ ਲੱਗੇ ਹੋ? ਸਕੈਮਸ ਜਿਹੜੇ ਨੇ, ਚਲੋ ਸਕੈਮਸ ਕਿਸੇ ਰਿਲੀਜਨ ਨਾਲ, ਕਿਸੇ ਰਿਲੀਜਨ ਨਾਲ ਸੰਬੰਧਿਤ ਨਹੀਂ ਹੈ ਨਾ, ਉਹ ਸਕੈਮਸ ਦੇ ਉੱਪਰ ਤੁਸੀਂ ਕਿਉਂ ਚੁੱਪ ਰਹੇ? ਇਹ ਸਭ ਉਹ ਲੋਕ ਨੇ, ਇਹ ਉਹ ਰਾਈਟਰਸ ਨੇ ਜਿਹੜੇ ਇੱਕ ਤਰ੍ਹਾਂ ਇੱਕ ਪਰਟੀਕੁਲਰ ਆਈਡੀਓਲੋਜੀ ਨੇ ਇਹਨਾਂ ਨੂੰ ਨਰਿਸ਼ ਕੀਤਾ ਸੀਗਾ, ਉਹ ਲੋਕ ਸਾਡਾ ਮਾਸਿਸ ਦੇ ਅੰਦਰ ਜਾਂ ਕੁਛ ਨਹੀਂ ਕਰ ਪਾ ਰਹੇ, ਡੈਮੋਕ੍ਰੈਟਿਕ ਵਿੱਚ ਸਿਲੈਕਟ ਹੋ ਕੇ ਆ ਰਹੇ ਹਾਂ, ਲੋਕਾਂ ਦੀ ਗੱਲ ਨਹੀਂ ਸੁਣ ਰਹੇ, ਅਤੇ ਇੱਕ ਮੈਨੂਫੈਕਚਰਡ ਇਹਨਾਂ ਨੇ ਕੈਂਪੇਨ ਬਣਾਈ। ਓਕੇ, ਜੋਸ਼ੀ, ਤੁਹਾਡੇ ਵਿਊ ਬਣਾ ਗਿਆ, ਜਿਸ਼ੇ ਤੁਸੀਂ ਕਹਿਣਾ ਚਾਹੁੰਦੇ ਹੋ? ਮੈਂ ਬੇਨਤੀ ਕਰਨੀ ਚਾਹੁੰਦਾ ਜੀ ਕਿ ਬੰਦੇ ਦੇ ਵਿਹਾਰ ਨਾਲੋਂ, ਵਿਹਾਰ ਜਿਹੜਾ ਉਹ ਅਲਫਾਜ਼ਾਂ ਨਾਲੋਂ ਜ਼ਿਆਦਾ ਕੁਛ ਕਨਵੇ ਕਰਦਾ, ਠੀਕ ਹੈ ਜੀ। ਇਹ ਸਾਰੇ ਜਿਹੜੇ ਰਾਈਟਰਸ, ਉਹਨਾਂ ਦਾ ਵਾਪਸ ਕਰਨਾ ਜਾਂ ਤੋਖਲਾ ਪ੍ਰਗਟ ਕਰਨਾ ਫਿਲਮ ਪਰਸਨੈਲਿਟੀਜ਼ ਵੱਲੋਂ, ਮਸਲਾ ਕਿੱਥੇ ਬਣਦਾ? ਇਹਨਾਂ ਰਾਈਟਰਸ ਨੇ ਜਾਂ ਇਹਨਾਂ ਨੇ ਦੂਸਰੇ ਜਿਹੜੀਆਂ ਫਿਲਮ ਪਰਸਨੈਲਿਟੀਜ਼ ਨੇ ਜਾਂ ਜਿਹੜੀਆਂ ਵੀ ਸੈਲੀਬ੍ਰਿਟੀਜ਼ ਜਾਂ ਜਿਹੜੀਆਂ ਕੋਈ ਕਹਿ ਲਓ ਕਿ ਕੁਛ ਮੌਜ਼ਸ, ਕੁਛ ਚੁਣੀਂਦਾ ਲੋਕ ਨੇ, ਜਦੋਂ ਇੱਕ ਚੀਜ਼ ਹੱਦ ਤੋਂ ਜ਼ਿਆਦਾ ਹੁੰਦੀ ਹੈ, ਕਈ ਵਾਰ ਬੜੇ ਬੜੀਆਂ ਵੱਡੀਆਂ ਘਟਨਾਵਾਂ ਹੁੰਦੀਆਂ, ਜਿਵੇਂ ਨਾ ਕਿਹਾ 84 ਦੇ ਦੰਗੇ, ਇਸੇ ਤਰ੍ਹਾਂ ਗੁਜਰਾਤ ਦੇ ਦੰਗਿਆਂ ਵਾਲੇ ਵੀ ਕਿਸੇ ਨੇ ਵਾਪਸ ਨਹੀਂ ਕੀਤੇ, ਜੋ UP 'ਚ ਹੋਇਆ ਉੱਤੇ ਵੀ ਕਿਸੇ ਨੇ ਵਾਪਸ ਨਹੀਂ ਕੀਤੇ, ਬਾਬਰੀ ਮਸਜਿਦ ਵੇਲੇ ਵੀ ਕਿਸੇ ਨੇ ਵਾਪਸ ਨਹੀਂ ਕੀਤੇ, ਕਿਉਂਕਿ ਉਸ ਵੇਲੇ ਇੱਕ ਮਿੰਟ ਪਲੀਜ਼ ਪਲੀਜ਼ ਜੋਸ਼ੀ ਜੀ
ਦੇਖੋ ਮੈਂ ਬੇਨਤੀ ਕਰਾਂਗਾ, ਮੈਂ ਬੇਨਤੀ ਕਰਾਂਗਾ, ਤੁਸੀਂ ਤੁਸੀਂ ਮੇਰਾ ਮੈਂ ਕਿਸੇ ਕੋਈ ਇਹਦੇ ਤੇ ਇਹ ਕੋਈ ਨਹੀਂ ਕਨਵੇ ਕਰ ਰਿਹਾ, ਜੋ ਜਨਰਲੀ ਜਿੱਥੇ ਕੋਈ ਰੈਫਰੈਂਸ ਆਉਂਦਾ ਚਾਹੇ ਪ੍ਰੈਸ ਚ ਆਉਂਦਾ ਜਾਂ ਜਿੱਥੇ ਵੀ ਆਉਂਦਾ ਉਹਨੂੰ ਡਿਸਪਿਊਟਡ ਸਟਰਕਚਰ ਦਾ ਨਾਂ ਦੇ ਦਿਓ, ਬਾਬਰੀ ਮਸਜਿਦ ਦਾ ਦੇ ਦਿਓ, ਹੈ ਤਾਂ ਉਹੀ ਉਹ ਜਿਹੜੀ ਫਰੂਖਾਬਾਦ ਵਾਲੀ ਜਿਹੜੀ ਉਹ ਪਾਰਟੀਕੂਲਰ ਏਰੀਆ ਉਹਦੇ ਇਤਿਹਾਸ ਦੇ ਵਿੱਚ ਆਪਾਂ ਜਾਈਏ ਉਹਨੂੰ ਜੇ ਪਿੱਛੇ ਕੱਢਣ ਲੱਗੀਏ ਤਾਂ ਸ਼ਾਇਦ ਇਹ ਜਿਹੜੇ ਇਨਵੇਡਰਸ ਆਏ ਇਹਨਾਂ ਤੋਂ ਪਹਿਲਾਂ ਹੋਰ ਵੀ ਇਨਵੇਡਰਸ ਆਏ ਨੇ ਆ ਪਿਛਲੇ ਸਮੇਂ ਚ। ਦੇਖੋ ਜੋਸ਼ੀ ਜੀ, ਮੇਰੀ ਬੇਨਤੀ ਸੁਣੋ, ਮੇਰੀ ਬੇਨਤੀ ਸੁਣੋ, ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਨੂੰ ਤੁਸੀਂ ਕਹੋ ਰਾਮ ਮੰਦਿਰ, ਮੈਂ ਕਿਉਂਕਿ ਮੇਰੀ ਤੇ ਜਿਹੜੀ ਵਿਚਾਰਧਾਰਾ ਹੈ ਮੇਰੀ ਵਿਚਾਰਧਾਰਾ ਹੀ ਸੈਕੂਲਰ ਆ, ਮੈਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਕਹੋ ਰਾਮ ਮੰਦਿਰ, ਮੈਂ ਕਹਾਂਗਾ ਜੀ ਹਾਂ ਰਾਮ ਮੰਦਿਰ। ਕੋਰਟ ਨੇ, ਹਾਈ ਕੋਰਟ ਨੇ ਉਹਨੂੰ ਡਿਸਪਿਊਟ ਸਟਰਕਚਰ ਮੰਨਿਆ ਔਰ ਹਾਈ ਕੋਰਟ ਨੇ ਜਿਹੜਾ ਹੈ ਉੱਥੇ ਰਾਮ ਟੈਂਪਲ ਦੀ ਐਗਜ਼ਿਸਟੈਂਸ ਨੂੰ ਕਰਕੇ ਇਹ ਡਿਸੀਜਨ ਦਿੱਤਾ। ਤੁਸੀਂ ਪਲੀਜ਼ ਪਲੀਜ਼ ਸੇ ਡਿਸਪਿਊਟ, ਮੈਂ ਉਹਦੇ ਸੰਦਰਭ 'ਚ ਨਹੀਂ ਜਾ ਰਿਹਾ, ਮੈਂ ਇੱਕ ਉਹਨੂੰ ਰੈਫਰੈਂਸ ਦੇ ਤੌਰ ਤੇ ਗੱਲ ਕਰ ਰਿਹਾ, ਮੈਂ ਗੱਲ ਕਰ ਰਿਹਾ ਕਿ ਇਹਨਾਂ ਉਦੋਂ ਵੀ ਨਹੀਂ ਇਹਨਾਂ ਕੁਛ ਕੀਤਾ, ਪਰ ਉਹ ਜਿਵੇਂ ਕਹਿੰਦੇ ਆ ਨਾ ਕਿ ਇੱਕ ਸਟੇਜ ਜਦੋਂ ਆ ਜਾਂਦੀ ਹੈ ਜਦੋਂ ਪਾਣੀ ਸਿਰ ਤੋਂ ਲੰਘਣ ਵਾਲਾ ਹੁੰਦਾ, ਉਹ ਕਿਵੇਂ? ਫੋਰ ਐਗਜ਼ਾਮਪਲ ਹੁਣ ਤੁਸੀਂ ਦੇਖੋ ਕਿ ਇੱਕ ਅੱਜ ਤੱਕ ਸਾਡੇ ਜਿਹੜੇ ਜਿਹਨਾਂ ਨੂੰ ਆਪਾਂ ਹੀਰੋਜ਼ਾਈਜ਼ ਕਰਦੇ, ਕਿਹਨਾਂ ਨੂੰ ਕਰਦੇ ਹਾਂ? ਮਹਾਰਾਣਾ ਪ੍ਰਤਾਪ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਨੂੰ ਆਪਾਂ ਕਰਦੇ ਹਾਂ, ਗੁਰੂ ਹਰਗੋਬਿੰਦ ਸਾਹਿਬ ਆਪਾਂ ਪੰਜਾਬ ਦੀ ਗੱਲ ਕਰੀਏ ਆਪਾਂ ਉਹਨਾਂ ਨੂੰ ਗੱਲ ਕਰਦੇ ਹਾਂ, ਜਾਂ ਜਿਹੜੇ ਸਮੇਂ ਦੇ ਜਿੱਥੇ ਜਿੱਥੇ ਸਾਡੇ ਸੇਵੀਅਰਸ ਹੋਏ ਨੇ ਉਹਨਾਂ ਦੇ ਵਿੱਚ ਸ਼ਿਵਜੀ ਸ਼ਿਵਾਜੀ ਉਹਨਾਂ ਨੂੰ ਆਪਾਂ ਕਰਦੇ ਹਾਂ, ਔਰ ਟੀਪੂ ਸੁਲਤਾਨ ਵੀ ਸਾਡੇ ਉਸੇ ਹੀ ਲਾਈਨ ਦੇ ਵਿੱਚ ਆਉਂਦੇ ਸੀ, ਸਾਡੇ ਕੋਲ ਆਉਂਦੇ ਸੀ, ਇਸ ਤਰ੍ਹਾਂ ਦੇ ਬੜੇ ਹੈਗੇ ਜਿਹਨਾਂ ਨੂੰ ਆਪਾਂ ਕਰਦੇ ਹਾਂ, ਪਰ ਪਿਛਲੇ ਸਮੇਂ 'ਚ ਟੀਪੂ ਸੁਲਤਾਨ ਤੋਂ ਕੰਟਰੋਵਰਸੀ, ਔਰ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਟੈਕਸਟ ਬੁੱਕਸ ਨੇ ਉਹਨਾਂ ਦੇ ਸਿਲੇਬਾਈ ਉਹਨਾਂ 'ਤੇ ਕੰਟਰੋਵਰਸੀ, ਤੂੰ ਖਾਣਾ ਕੀ ਆ ਨਹੀਂ ਖਾਣਾ ਕੀ ਆ ਉਹਦੇ 'ਤੇ ਕੰਟਰੋਵਰਸੀ, ਜਦੋਂ ਕੋਈ ਵੀ ਚੀਜ਼ ਕਹਿੰਦੇ ਹੁੰਦੇ ਆ ਕਿ ਇੱਕ ਸਟੇਜ ਤੋਂ ਅੱਗੇ ਜਾਂਦੀ ਆ ਅਤੇ ਜਿਹੜੇ ਉੱਥੋਂ ਦਾ ਇੰਟੈਲੀਜੈਂਸੀ ਆ ਚਾਹੇ ਉਹ ਕਿਸੇ ਵੀ ਮਾਸ਼ਰੇ ਨਾਲ ਸੰਬੰਧਿਤ ਆ ਉਹਦਾ ਉਹਦੇ 'ਤੇ ਸੋਚਣਾ ਉਹਦਾ ਉਹਦੇ 'ਤੇ ਪ੍ਰਤੀਕਰਮ ਦੇਣਾ ਇਹ ਇੱਕ ਸੁਭਾਵਿਕ ਆ, ਇਹ ਕੋਈ ਇਹਨੂੰ ਇਹ ਨਹੀਂ ਆਪਾਂ ਕਹਿ ਸਕਦੇ। ਹਾਂ ਗੱਲ ਇਹ ਆ ਕਿ ਉਹ ਜਿਵੇਂ ਉਹ ਕਹਿੰਦੇ ਆ ਨਾ ਕਿ ਵੀ ਸਾਨੂੰ ਉਹ ਕਹਿੰਦੇ ਵੀ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ, ਜੇ ਆਪਾਂ ਆਪਣੇ ਅੰਦਰ ਝਾਤ ਮਾਰਾਂਗੇ ਤਾਂ ਬਹੁਤ ਕੁਛ ਠੀਕ ਹੋ ਜਾਏਗਾ, ਕੋਈ ਸਾਰੇ ਠੀਕ ਨਹੀਂ ਸਾਰੇ ਗਲਤ ਨਹੀਂ। ਓਕੇ ਮਜੀਠੀ ਲਾਲਪੁਰਾ ਜੀ, ਇਸ ਮੁੱਦੇ ਦੇ ਉੱਤੇ ਬੜਾ ਇੰਪੋਰਟੈਂਟ ਗੱਲ ਹੈਗੀ ਆ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਬਾਲੀਵੁੱਡ, ਇਹ ਨਹੀਂ ਕਿ ਇੱਕ ਇੰਡੀਵਿਜੁਅਲ ਦੀ ਗੱਲ ਕਰਦੇ ਹਾਂ, ਜਿੱਦਾਂ ਜੋਸ਼ੀ ਉਹਨਾਂ ਨੇ ਨਾਂ ਲਿਆ ਜਿਹੜੇ ਟੌਪ ਦੇ ਖਾਤੋਂ, ਅਤੇ ਜਦੋਂ ਫਰਾਂਸ ਦੇ ਰਾਸ਼ਟਰਪਤੀ ਆਏ ਤਾਂ ਤੁਸੀਂ ਦੇਖਿਆ ਨਾ ਉਸੇ ਸ਼ਾਹਰੁਖ ਖਾਨ ਨੂੰ ਅਸੀਂ ਜਿਹੜਾ ਫਰਾਂਸ ਦੇ ਰਾਸ਼ਟਰਪਤੀ ਨਾਲ ਮਿਲਾ ਰਹੇ ਹਾਂ, ਕਿਉਂਕਿ ਸਾਡੇ ਕੋਲ ਮਿਲਾਉਣ ਲਈ ਇਹੀ ਇਹ ਹਸਤੀਆਂ ਜਿਨ੍ਹਾਂ 'ਤੇ ਅਸੀਂ ਮਾਣ ਕਰ ਸਕਦੇ ਹਾਂ, ਅਤੇ ਉਹਨਾਂ ਹੀ ਹਸਤੀਆਂ ਦੇ ਬਾਰੇ ਸਾਡੇ ਮੁਲਕ ਦੇ ਅੰਦਰ ਜਦੋਂ ਇੱਦਾਂ ਦੇ ਚਿੱਕੜ ਉਛਾਲਿਆ ਜਾਂਦਾ ਹੈ, ਉਹਨਾਂ ਦੀਆਂ ਫਿਲਮਾਂ ਉਤਾਰਨ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਦੀ ਫਿਲਮਾਂ ਦੇ ਬਾਈਕਾਟ ਕਰਨ ਦੀ ਗੱਲ ਕੀਤੀ ਜਾਂਦੀ ਹੈ, ਕਰਨ ਜੌਹਰ ਨੇ ਜਿੱਦਾਂ ਜੋਸ਼ੀ ਨੇ ਕਿਹਾ ਵੀ ਠੀਕ ਹੈ ਕਿ ਇਹ ਕਾਨੂੰਨ ਹੈਗਾ, ਪਰ ਸਾਨੂੰ ਵੀ ਪਤਾ ਕਿ ਕਾਨੂੰਨ ਕਿਸ ਦਰੇ 'ਚ ਰਹਿ ਕੇ ਕਦੋਂ ਕੰਮ ਕਰਦਾ ਕਦੋਂ ਨਹੀਂ ਕੰਮ ਕਰਦਾ, ਇਹੋ ਜਿਹੇ ਜਿਹੜੇ ਮਾਹੌਲ ਹੈ ਸਾਡੇ ਮੁਲਕ 'ਚ ਕਿਉਂ ਕੁਛ ਲੋਕਾਂ ਵੱਲੋਂ ਸਿਰਜਿਆ ਗਿਆ? ਇਹ ਕਿਸ ਲੋਕਾਂ ਵੱਲੋਂ ਨਹੀਂ, ਸਾਡੀ ਜਿਹੜੀ ਹੈ ਨਾ ਇਹਦੇ 'ਚ ਅਕਾਊਂਟੇਬਿਲਿਟੀ ਕਿਸੇ ਦੀ ਨਹੀਂ ਹਾਲੇ ਤੱਕ। ਇੱਕ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਕਰਦਾ, ਇਲੈਕਸ਼ਨ ਹੁੰਦੇ ਆ, ਇਲੈਕਸ਼ਨਾਂ ਦੇ ਵੀ ਸ਼ਰਾਬ ਵੰਡੀ ਜਾਂਦੀ ਹੈ, ਪੈਸਿਆਂ ਦੇ ਕੇਸ ਚੱਲਦੇ ਆ, ਔਰ ਉਹਨਾਂ ਦਾ ਲੋਕਾਂ ਦੇ ਪਰਚੇ ਵੀ ਦਰਜ ਹੁੰਦੇ ਆ, ਲੇਕਿਨ ਅੱਜ ਤਾਈਂ ਮੈਂ ਕਦੇ ਕੋਈ ਸਜ਼ਾ ਹੁੰਦਾ ਨਹੀਂ ਸੁਣਿਆ। ਕਿਉਂ? ਜਦੋਂ ਤਾਕਤ 'ਚ ਆ ਗਿਆ ਉਹ ਦੁੱਧ ਤੋਤਾ ਬਣ ਗਿਆ, ਸਾਰਾ ਕੁਛ ਸਾਫ਼ ਹੋ ਜਾਂਦਾ। ਮੁੱਖ ਮੰਤਰੀਆਂ ਦੇ ਪਰਚੇ ਹੁੰਦੇ ਆ, ਉਹ ਵੀ ਗਵਾਹ ਪੈ ਜਾਂਦੇ, ਪੁਲਿਸ ਅਫਸਰ ਵੀ ਕਹਿ ਦਿੰਦੇ ਜੀ ਅਸਮਾਨ ਤੋਂ ਆਏ ਸੀ। ਸਾਡੇ ਕਰੈਕਟਰ ਦੇ ਵਿੱਚ ਜਿਹੜੀ ਆ ਨਾ ਕਮਜ਼ੋਰੀ ਆ ਗਈ ਹੈ। ਨਸ਼ਿਆਂ ਦੇ ਮੁੱਦੇ ਤੇ ਇਸ ਕਰਕੇ ਤੁਹਾਡੀ ਗੱਲ ਤੇ ਖੁਸ਼ ਹੋਏ ਕਿਉਂਕਿ ਨਸ਼ਿਆਂ ਦੇ ਖਿਲਾਫ ਇਹ ਬੜਾ ਲੜਦੇ, ਕਹਿੰਦੇ ਵੀ ਹੈ ਤਾਂ ਇੱਦਾਂ ਦੀ। ਗੱਲ ਇਹ ਹੈ ਕਿ ਜਿਹੜਾ ਸਾਡੀ ਮਾਨਸਿਕਤਾ ਆ, ਸਾਡਾ ਕਰੈਕਟਰ ਆ, ਜਦੋਂ ਤੱਕ ਇਹ ਨਹੀਂ ਹੋਏਗਾ, ਅਸੀਂ ਦੇਖੋ ਅਸੀਂ ਕਹਿੰਦੇ ਸਮਾਨਤਾ ਸਾਰਿਆਂ ਦੇ ਵਿੱਚ, ਅਤੇ ਦੂਜੀ ਤਰ੍ਹਾਂ ਸਾਡਾ ਆਪਣਾ, ਮੈਂ ਜਿਹੜੇ ਪੰਜਾਬ ਹਿੰਦੁਸਤਾਨ ਦੇ ਜਿੱਥੇ ਅਸਹਿਣਸ਼ੀਲਤਾ ਦਾ ਰੌਲਾ ਹੈ, ਉਹਨਾਂ 8-9 ਸੂਬੇ ਹੈਗੇ ਆ, UP, ਬਿਹਾਰ, ਗੁਜਰਾਤ, ਅਹਿਮਦਾ ਆਪਣਾ ਤੁਹਾਡਾ ਮੱਧਿਆ ਪ੍ਰਦੇਸ਼, ਮਹਾਰਾਸ਼ਟਰ ਪੁਰਾਣਾ ਚੱਲੇ ਆ ਰਿਹਾ, ਰਾਜਸਥਾਨ, ਉਹਨਾਂ ਦੇ ਬੰਗਾਲ ਦੇ ਵਿੱਚ, ਹਾਂਜੀ ਹੁਣ। ਲੇਕਿਨ ਸਾਡੇ ਲਈ ਚੰਗੀ ਗੱਲ, ਅਸੀਂ ਸਾਰੇ ਪੰਜਾਬ 'ਚ ਬੈਠੇ, ਪੰਜਾਬ 'ਚ ਅੱਜ ਵੀ ਉਹਦਾ ਨਾਂ ਨਹੀਂ ਹੈਗਾ, ਅਸਹਿਣਸ਼ੀਲਤਾ ਵਾਲੀ ਕੋਈ ਗੱਲ ਨਹੀਂ। ਕਿਉਂਕਿ ਇੱਕ ਗੱਲ ਤੋਂ ਚੱਲੀਏ, ਜਿਸ ਰਾਜ ਦੀ ਅਸੀਂ ਕਲਪਨਾ ਕਰਦੇ ਹਾਂ, ਲਾਲੀ ਸਾਹਿਬ ਨੇ ਬਹੁਤ ਸਾਰੇ ਬੰਦਿਆਂ ਦਾ ਨਾਂ ਲਿਆ, ਉਹਨਾਂ 'ਚੋਂ ਇਹ ਸੀ ਮੁਸਲਮਾਨ ਜਿਹੜਾ ਰਾਈਟਰ ਹੈ ਉਹ ਲਿਖਦਾ, ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਕਦੇ ਨਹੀਂ ਸੀ ਤੀਸਰੀ ਜਾਤ ਆਈ। ਇਹ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਜਿੱਥੇ ਸਾਰਿਆਂ ਨੂੰ ਬਰਾਬਰੀ ਨਾਲ ਸਮਝਿਆ ਜਾਂਦਾ ਸੀ। ਲੇਕਿਨ ਸਾਡੀ ਬਦਕਿਸਮਤੀ ਹੈ, ਇਹ ਜਿਹੜੀ ਅਸਹਿਣਸ਼ੀਲਤਾ ਹੈ ਇਹ ਕੇਵਲ ਪੋਲੀਟੀਕਲ ਨਹੀਂ, ਇਹ ਬਿਊਰੋਕਰੈਟਿਕ ਵੀ ਹੋ ਗਈ ਹੈ। ਅਸੀਂ ਦੇਖਿਆ, ਮੈਨੂੰ ਇਹ ਸਿੱਖ ਪੰਜਾਬ ਦੇ ਵਿੱਚ, ਪੰਜਾਬ ਸਿੱਖ ਬਹੁਤ ਆਤ ਵਾਲੇ ਇਲਾਕੇ 'ਚ ਵੀ ਇਸ ਤਰ੍ਹਾਂ ਦੇ ਮੌਕਾ ਸਹਿਣਾ ਪਿਆ, ਜਿੱਥੇ ਮੇਰੀ ACR ਦੂਜੇ ਧਰਮ ਦੇ ਅਫਸਰਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਿਰਫ ਇਸ ਕਰਕੇ ਕਿ ਇਹਦੇ ਮੂੰਹ ਤੇ ਦਾੜੀ ਹੈ ਤੇ ਇਹਨੇ ਸਾਡੇ ਨਾਲ ਝੂਠੇ ਪੁਲਿਸ ਮੁਕਾਬਲਿਆਂ ਦਾ ਇਹ ਸਾਥੀ ਨਹੀਂ ਹੈ, ਨਫ਼ਰਤ ਦੇ ਬੀਜ ਹੈ, ਨਫ਼ਰਤ ਦੇ ਬੀਜ ਹੈ, ਇਹਨਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਲੇਕਿਨ ਸਾਡੀ ਬਦਕਿਸਮਤੀ ਹੈ ਕਿ ਜਿਹੜਾ ਬੰਦਾ ਗਲਤ ਕੰਮ ਕਰਦਾ ਉਹ ਹੀਰੋ ਬਣ ਜਾਂਦਾ। ਸਾਡੇ ਹੀਰੋ ਭਗਤ ਸਿੰਘ ਨਹੀਂ ਅੱਜ,
ਸਾਡਾ ਹੀਰੋ ਕੋਈ ਊਧਮ ਸਿੰਘ ਨਹੀਂ ਹੈਗਾ, ਸਾਡੇ ਸੁਭਾਸ਼ ਚੰਦਰ ਬੋਸ ਸਾਡੇ ਹੀਰੋ ਨਹੀਂ ਹੈਗੇ। ਜੇ ਉਹਨੂੰ ਪੁੱਛੋ ਹੀਰੋ ਤਾਂ ਉਹ ਦੇਖਦੇ ਆ ਜਿਹਨਾਂ ਦੇ ਚਾਰ ਪਰਚੇ ਆ, ਕਿਸੇ ਨੇ ਐਕਸੀਡੈਂਟ ਨਾਲ ਬੰਦੇ ਮਾਰ ਦਿੱਤੇ, ਕਿਸੇ ਨੇ ਕੁਛ ਕਰ ਦਿੱਤਾ। ਦੇਸ਼ ਦੇ ਵਿੱਚ ਸੋਚ ਬਦਲਣੀ ਪਏਗੀ, ਜਿਵੇਂ ਡਾਕਟਰ ਰਾਧਾ ਕ੍ਰਿਸ਼ਨ ਨੇ ਕਿਹਾ ਸੀ ਜਾਂ ਡਾਕਟਰ ਰਜਿੰਦਰ ਪ੍ਰਸਾਦ ਨੇ ਕਿਹਾ ਸੀ, ਮੈਨ ਆਫ ਵਿਜ਼ਨ, ਮੈਨ ਆਫ ਵਿਜ਼ਡਮ, ਮੈਨ ਆਫ ਕਮਿਟਮੈਂਟ ਜਿਹੜੇ ਆ ਉਹ ਦੇਸ਼ ਲਈ ਅੱਗੇ ਆਉਣਗੇ, ਲੋਕ ਉਹਨਾਂ ਨੂੰ ਚੁਣਗੇ ਤੇ ਸੁਧਾਰ ਆਏਗਾ। ਇਸ ਤਰ੍ਹਾਂ ਦੀਆਂ ਜਿਹੜੀਆਂ ਪਾਰਟੀਆਂ ਧੜੀਆਂ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਚਲੇ ਜਾਂਦੇ। ਥੈਂਕ ਯੂ ਵੈਰੀ ਮਚ। ਇਹਨਾਂ ਮੁੱਦਿਆਂ ਤੇ ਅਸੀਂ ਆਪਣੀ ਚਰਚਾ ਜਾਰੀ ਰੱਖਾਂਗੇ, ਪਰ ਨਿੱਕੀ ਜੀ ਬ੍ਰੇਕ ਦੇ ਬਾਅਦ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਅਸਹਿਣਸ਼ੀਲਤਾ ਦੇ ਮੁੱਦੇ ਤੇ ਅਸੀਂ ਬ੍ਰੇਕ ਤੋਂ ਪਹਿਲਾਂ ਚਰਚਾ ਕਰ ਰਹੇ ਸੀ। ਜੋਸ਼ੀ ਜੀ, ਤੋਂ ਆਪਾਂ ਗੱਲ ਕਰਦੇ ਹਾਂ ਇਨਟੋਲਰੈਂਸ ਦੀ, ਅਸਹਿਣਸ਼ੀਲਤਾ ਦੀ, ਤੁਸੀਂ ਬ੍ਰੇਕ ਤੋਂ ਪਹਿਲਾਂ ਇੱਕ ਮੁੱਦੇ 'ਤੇ ਇਹ ਗੱਲ ਕਹੀ ਕਿ ਵੀ ਬਾਬਰੀ ਮਸਜਿਦ ਦੀ ਗੱਲ ਆ, ਇੱਕ ਵਿਵਾਦਿਤ ਢਾਂਚਾ ਹੈਗਾ, ਇਹਦੇ ਬਾਰੇ ਵੱਖਰੀ ਰਾਏ ਹੋ ਸਕਦੀ ਹੈ, ਪਰ ਇਸ ਵਾਰੇ ਅਦਾਲਤ ਦੇ ਵਿੱਚ ਵੀ ਇਹ ਮਾਮਲਾ ਨਿਪਟਿਆ ਹੋਇਆ। ਇਹਦੇ ਬਾਵਜੂਦ ਕੋਈ ਤਰ੍ਹਾਂ ਵੱਲੋਂ ਯੂਨੀਵਰਸਿਟੀਆਂ 'ਚ ਜਾ ਕੇ ਇਸ ਮੁੱਦੇ 'ਤੇ ਸੈਮੀਨਾਰ ਕਰਵਾਇਆ ਜਾ ਰਿਹਾ, ਆਖਿਰ ਫਿਰ ਇਹ ਕੀ ਮੈਸੇਜ ਆਏਗਾ ਇਸ ਮੁੱਦੇ ਦੇ ਨਾਲ? ਅਗਰ ਉਹ ਵਿਵਾਦਿਤ ਢਾਂਚਾ ਹੈ, ਅਦਾਲਤ ਦੇ ਵਿੱਚ ਕੇਸ ਹੈ, ਤਾਂ ਫਿਰ ਸੈਮੀਨਾਰ ਕਰਵਾਉਣ ਦੀ ਕਿਉਂ ਖੁੱਲ੍ਹ ਦਿੱਤੀ ਜਾਂਦੀ ਹੈ? ਸਰ, ਦੋ ਇਸ਼ੂਜ਼ ਨੇ। ਉਹ ਡਿਸਪਿਊਟਡ ਸਟਰਕਚਰ ਹੈ, ਔਰ ਡਿਸਪਿਊਟਡ ਸਟਰਕਚਰ ਦੀ ਜਿੱਥੇ ਇਟ ਇਜ਼ ਬਰਥ ਪਲੇਸ ਆਫ ਪ੍ਰਭੂ ਰਾਮ, ਇਹ ਹਾਈ ਕੋਰਟ ਨੇ ਡਿਸੀਜਨ ਦਿੱਤਾ, ਔਰ ਉਹਦੇ ਲਈ ਆਰਕੋਲੋਜੀਕਲ ਜਿਹੜੇ ਸਾਇੰਟੀਫਿਕ ਤਰੀਕੇ ਨਾਲ ਸਟੈਬਲਿਸ਼ ਕਰਕੇ ਦਿੱਤਾ। ਉਹ ਠੀਕ ਹੈ ਕਿ ਹੁਣ ਉਹ ਸੁਪਰੀਮ ਕੋਰਟ 'ਚ ਕੇਸ ਪੈਂਡਿੰਗ ਹੈ, ਜੋ ਸੁਪਰੀਮ ਕੋਰਟ ਦਾ ਨਿਰਣੇ ਆਏਗਾ, ਉਹ ਬੀਜੇਪੀ ਨੇ ਵੀ ਕਿਹਾ ਔਰ ਬਾਕੀ ਸਾਰੀ ਔਰਗਨਾਈਜੇਸ਼ਨ ਨੇ ਵੀ ਕਿਹਾ, ਸਾਨੂੰ ਅਕਸੈਪਟੇਬਲ ਹੋਏਗਾ। ਸੈਂਸਿਟਿਵ ਮੈਟਰ ਤਾਂ ਹੈ ਹੀ ਨਹੀਂ ਜਿਹੜਾ ਦੋਨਾਂ ਦੇ ਨਾਲ ਜੁੜਿਆ ਹੋਇਆ ਹੈ, ਤੇ ਸੋ ਗੱਲ ਹੈ ਉਹ। ਫਿਰ ਮੈਂ ਇਸ ਲਈ ਵਿੱਚ ਥੋੜ੍ਹਾ ਜਿਹਾ ਇੰਟਰਵੀਨ ਕਰ ਗਿਆ, ਮੈਨੂੰ ਕਰਨਾ, ਪਰ ਮੈਨੂੰ ਮਜਬੂਰ ਹੋ ਗਿਆ। ਮੈਂ ਯੂਨੀਵਰਸਿਟੀ ਦੇ ਪਾਰਟ ਤੇ ਮੈਂ ਗੱਲ ਕਰਦਾ ਕਿ ਜੋ ਯੂਨੀਵਰਸਿਟੀ 'ਚ ਸੈਮੀਨਾਰ ਕਰਵਾਇਆ, ਉੱਥੇ ਲੋਕੀ ਭਾਸ਼ਣ ਵੀ ਦਿੰਦੇ ਆ, ਇੱਦਾਂ ਦੀਆਂ ਗੱਲਾਂ ਵੀ ਕਰਦੇ ਆ ਜਿਹੜੀਆਂ ਦੂਜੀ ਧਰਮ ਨੂੰ ਠੇਸ ਲੱਗਦੀ ਹੈ। ਇਸ ਦੇਸ਼ ਦੇ ਅੰਦਰ ਬਹੁਤ ਤਿਰੰਗਾ ਚਲਾਇਆ ਜਾਂਦਾ, ਤੁਹਾਨੂੰ ਪਤਾ, ਦੇਸ਼ ਨੇ ਤਿਰੰਗਾ ਚਲਾਇਆ ਜਾਂਦਾ, ਤੁਹਾਨੂੰ ਪਤਾ, ਦੇਸ਼ ਨੇ ਪਾਕਿਸਤਾਨ 'ਚ ਨਫ਼ਰਾਇਆ ਜਾਂਦਾ ਹੈ ਨਾ। ਇਹ ਸਾਡੇ ਦੇਸ਼ 'ਤੇ ਨਾ ਜਿਹੜੇ ਕੰਸਟੀਟਿਊਸ਼ਨ ਕਾਨੂੰਨ ਹੈ ਨਾ, ਉਹਦੇ ਹਿਸਾਬ ਨਾਲ ਜਿਹੜੇ ਉਹਦੇ ਲਿਮਿਟੇਸ਼ਨਸ ਨੇ ਕੁਛ, ਉਹਦੇ ਅੰਦਰ ਲੋਕ ਕੰਮ ਕਰਦੇ ਨੇ। ਹੁਣ ਤੁਸੀਂ ਕਿਵੇਂ ਰੋਕ ਲਓਗੇ, ਸਮਝਾ ਦਿਓ, ਫ੍ਰੀਡਮ ਆਫ ਸਪੀਚ ਨੂੰ ਕਿਵੇਂ ਰੋਕ ਲਓਗੇ, ਫ੍ਰੀਡਮ ਆਫ ਸਪੀਚ ਨੂੰ ਕਿਵੇਂ ਰੋਕ ਲਓਗੇ? ਹੁਣ ਪ੍ਰੋਬਲਮ ਕਿੱਥੇ ਹੈ? ਮੈਂ ਜੋਸ਼ੀ ਜੀ ਇਸ ਮੁਲਕ ਦੇ ਅੰਦਰ ਕ੍ਰਿਮੀਨਲ ਕ੍ਰਿਮੀਨਲ ਪਾਰਲੀਮੈਂਟ 'ਚ ਵੀ ਬੈਠਿਆ ਜਾ ਕੇ ਸਰ, ਪ੍ਰੋਬਲਮ ਉਹ ਠੀਕ ਹੋ ਜਾਊ, ਪਾਰਲੀਮੈਂਟ ਤਾਂ ਨਹੀਂ ਸਰ, ਉਹ ਸ਼ੁਰੂ ਹੋ ਗਿਆ। ਹਰਿਆਣਾ ਨੇ ਆਪਣਾ ਪੰਚਾਇਤੀ ਕਾਨੂੰਨ ਚੇਂਜ ਕੀਤਾ। ਚਲੋ ਨਹੀਂ ਨਹੀਂ ਸੁਣੋ ਸੁਣੋ, ਪੰਚਾਇਤੀ ਕਾਨੂੰਨ ਨਹੀਂ ਨਹੀਂ ਸਰ, ਇੱਕ ਮਿੰਟ, ਕਿਉਂ ਨਹੀਂ ਇਹ ਮੁੱਦਾ? ਪੰਚਾਇਤੀ ਕਾਨੂੰਨ ਚੇਂਜ ਕੀਤਾ ਕਰ ਲਾਂਗੇ ਐਜੂਕੇਸ਼ਨ ਨੇ ਜੋਸ਼ੀ ਜੀ, ਆਪਾਂ ਮੁੱਦੇ ਤੇ ਆਓ। ਸਰ ਤੁਸੀਂ ਕਿਹਾ ਕ੍ਰਿਮੀਨਲ ਪਾਰਲੀਮੈਂਟ 'ਚ, ਮੈਂ ਕਿਹਾ ਉਹ ਕਾਨੂੰਨ ਸ਼ੁਰੂ ਹੋ ਗਿਆ, ਉਹਨਾਂ ਨੇ ਜਿਹੜਾ ਪਰਚੇ ਦਰਜ ਹੈ ਉਹ ਸਾਰੇ ਡੀਬਾਰ ਕਰਤੇ। ਇਸ ਵਾਰ ਉੱਥੇ ਪੰਜ ਸਰਪੰਚ ਬੜੇ ਅੱਛੇ ਲੋਕ ਚੁਣ ਕੇ ਆਏ ਆ, ਔਰ ਸੋਲੀ ਸੋਲੀ ਮੈਂ ਚਾਹੂੰਗਾ ਅਸੈਂਬਲੀ ਔਰ ਪਾਰਲੀਮੈਂਟ 'ਚ ਵੀ ਕਾਨੂੰਨ ਲਾਗੂ ਹੋਏ, ਤਾਂ ਕਿ ਜਿਹੜੇ ਬੰਦੇ ਉੱਥੇ ਆਣ ਉਹਨਾਂ ਦੇ ਉੱਪਰ ਨਾ ਕੋਈ ਪਰਚਾ ਹੋਵੇ, ਨਾ ਉਹਨਾਂ ਦਾ ਪਿਛੋਕੜ ਕੋਈ ਗਲਤ ਹੋਵੇ। ਇਹ ਹੋਣਾ ਚਾਹੀਦਾ, ਇਸ 'ਚ ਕੋਈ ਬੁਰੀ ਗੱਲ ਨਹੀਂ। ਜੀ ਜੀ, ਹੋ ਜਾਏਗਾ। ਸਿਰਫ ਇੰਨੀ ਹੀ ਗੱਲ ਹੈ ਕਿ ਵੀ ਇਸ ਮੁੱਦੇ ਉੱਤੇ ਤਾਂ ਕੋਈ ਇਹੋ ਜਿਹੇ ਨਾਜ਼ੁਕ ਮਾਮਲੇ ਆ ਜਿਹੜੇ ਕਿਸੇ ਦੂਜੀ ਧਿਰ ਨੂੰ ਠੇਸ ਪਹੁੰਚਾਉਂਦੇ ਆ, ਜਦੋਂ ਅਸੀਂ ਉਹਨਾਂ ਦੇ ਡਿਸਕਸ਼ਨ ਕਰਾਂਗੇ। ਯੋਧੇ ਦੇ ਮੰਦਰ ਬਹੁਤ ਕੁਝ ਬੋਲਦੇ ਸੀਗੇ, ਕਾਰ ਸੇਵਕਾਂ ਨੇ ਬੋਲਿਆ ਗਿਆ ਸੀਗਾ, ਲਾਠੀ ਗੋਲੀ ਖਾਏਂਗੇ ਮੰਦਰ ਵਹੀ ਬਣਾਏਗੇ, ਲਾਠੀ ਗੋਲੀ ਚਲਾਏਂਗੇ ਤਾਂ ਨਹੀਂ ਬੋਲਿਆ ਉਹਨਾਂ ਨੇ, ਕਿਸੇ ਨੂੰ ਮਾਰਿਆ ਤਾਂ ਨਹੀਂ, ਕਿੰਨੇ ਲੱਖ ਕਾਰ ਸੇਵਕ ਉੱਥੇ ਗਏ, ਕਿਆ ਉਹਨਾਂ ਨੇ ਕਿਸੇ ਕਿਤੇ ਕੋਈ ਦੰਗਾ ਕੀਤਾ, ਕਿਸੇ ਨੂੰ ਮਾਰਿਆ? ਉਹ ਕਹਿੰਦੇ ਹਮ ਪੁਆਇੰਟ ਪੁਆਇੰਟ ਇਹ ਨਾ, ਤੁਸੀਂ ਕੋਈ ਵੀ ਨਹੀਂ ਚਾਹੇਗਾ ਕਿ ਮੁਲਕ ਦੇ ਅੰਦਰ ਪੁਆਇੰਟ ਇਹ ਹੈ ਕਿ ਇਹ ਜਿਹੜੀ ਇੱਕ ਗਵਰਨਮੈਂਟ ਆਈ ਹੈ, ਇੱਕ ਪਰਟੀਕੁਲਰ ਆਈਡੀਓਲੋਜੀ ਦੇ ਤਹਿਤ ਨਿਕਲ ਕੇ ਲੋਕ ਉਹਨਾਂ ਦੀ ਆਈ ਹੈ, ਉਹਦੇ ਪ੍ਰਤੀ ਇੱਕ ਇੰਟੋਲਰੈਂਸ ਹੈ। ਹੁਣ ਉਹਨਾਂ ਨੂੰ ਡੈਮੋਕ੍ਰੇਟਿਕ ਵੇ 'ਚ ਇਲੈਕਸ਼ਨ ਸਿਸਟਮ ਦੇ ਨਾਲ ਤਾਂ ਹਿਲਾ ਨਹੀਂ ਪਾ ਰਹੇ ਉਹਨਾਂ ਨੂੰ, ਅਤੇ ਇੱਕ ਮੈਨੂਫੈਕਚਰਡ ਜਿਹਾ ਇੱਕ ਕੈਂਪੇਨ। ਓਕੇ ਜੀ, ਬਿਲਕੁਲ, ਤੁਸੀਂ ਤੁਹਾਡੇ ਵਿਊ ਪੁਆਇੰਟ ਆ ਗਿਆ ਜਿਹੜਾ ਹੈਗਾ। ਮਜੀਠੀਆ ਜੀ, ਇਸ ਮੁੱਦੇ ਉੱਤੇ ਤੋਂ ਜਦੋਂ ਆਪਾਂ ਗੱਲ ਕਰਦੇ ਹਾਂ, ਕੁਛ ਲੋਕ ਇਹੋ ਜਿਹੇ ਜਿਹੜੇ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਕੰਪੇਨ ਚਲਾਉਂਦੇ ਆ ਮੁਲਕ ਦੇ ਅੰਦਰ, ਜਿੱਦਾਂ ਤੁਸੀਂ ਵੀ ਗੱਲ ਕੀਤੀ ਹੈ ਕਿ ਬਾਬਰੀ ਦਾ ਮਸਜਿਦ ਵਿਵਾਦਿਤ ਢਾਂਚਾ ਹੈ, ਚਾਹੇ ਉਹ ਮਸਜਿਦ ਹੈਗੀ ਹੈ, ਇੱਕ ਮੁੱਦਾ ਹੈਗਾ ਜਿਸ ਮੁੱਦੇ 'ਤੇ ਅਜੇ ਮੁਲਕ ਦਾ ਫੈਸਲਾ ਹੋਣਾ ਹੈ। ਉਹ ਪਾਰਲੀਮੈਂਟ ਦੇ ਵਿੱਚ ਵੀ ਜਾ ਸਕਦਾ, ਸਾਡੇ ਕੋਲ ਪਾਰਲੀਮੈਂਟ ਹੈ, ਲੀਗਲੀ ਇਸ਼ੂ ਆ ਸਕਦਾ। ਅੱਜ ਇੱਕ ਫੈਸਲਾ ਹੋ ਗਿਆ, ਹਾਈ ਕੋਰਟ ਨੇ ਉੱਥੇ ਕਿਹਾ ਕਿ ਰਾਮ ਟੈਂਪਲ ਹੈ, ਹੁਣ ਫਰਦਰ ਸੁਪਰੀਮ ਕੋਰਟ ਦੇ ਗਿਆ। ਓਕੇ ਓਕੇ, ਪਰ ਇਸ਼ੂ ਅਜੇ ਜਿਹੜਾ ਹੈਗਾ ਫਾਈਨਲ ਹੋਣ ਵੱਲ ਨੂੰ ਜਾ ਰਿਹਾ। ਉਸ ਮੁੱਦੇ 'ਤੇ ਜਦੋਂ ਇੱਦਾਂ ਯੂਨੀਵਰਸਿਟੀ 'ਚ ਬੈਠ ਕੇ ਕੁਛ ਲੋਕ ਬਹਿਸਾਂ ਕਰਦੇ ਆ, ਉਹਦੇ 'ਤੇ ਸੈਮੀਨਾਰ ਕਰਵਾਉਂਦੇ ਆ, ਇਹ ਲੱਗਦਾ ਨਹੀਂ ਕਿ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਸੀਂ ਇਸ ਤਰ੍ਹਾਂ? ਮੈਂ ਇਹੀ ਗੱਲ ਕਰ ਇਸ 'ਤੇ ਆਉਣਾ ਚਾਹੁੰਦਾ। ਜੋਸ਼ੀ ਸਾਹਿਬ ਨੇ ਕਿਹਾ ਜੀ ਕਿ ਉੱਥੇ ਸਾਰਿਆਂ ਨੇ ਅਮਨ ਮਾਨ ਨਾਲ ਕੀਤਾ। ਇੱਕ ਇੰਗਲਿਸ਼ ਦਾ ਪ੍ਰਵਰਬ ਆ, ਮੈਂ ਉਹਨੂੰ ਪੰਜਾਬੀ 'ਚ ਉਹਦਾ ਉਲਥਾ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ। ਕਹਿੰਦਾ ਕਿ ਜ਼ੁਬਾਨ ਸਰੀਰ ਦਾ ਉਹ ਹਿੱਸਾ ਜਿਹੜਾ ਸਭ ਤੋਂ ਜਲਦੀ ਉੱਤੇ ਕੋਈ ਜ਼ਖਮ ਹੋ ਜਾਵੇ ਤਾਂ ਠੀਕ ਹੁੰਦਾ, ਪਰ ਜ਼ੁਬਾਨ ਦੁਆਰਾ ਕੀਤਾ ਜ਼ਖਮ ਪੀੜ੍ਹੀ ਦਰ ਪੀੜ੍ਹੀ ਚੱਲਦਾ। ਦੇਖੋ, ਮਸਲਾ ਇਹ ਆ, ਆਪਾਂ ਨੂੰ ਕੁਛ ਚੀਜ਼ਾਂ 'ਤੇ ਦੀ ਡੂੰਘਾਈ 'ਤੇ ਜਾਣਾ ਪਏਗਾ। ਪਿਛੋਕੜ 'ਚ ਲੈ ਲਓ, ਬਹੁਤ ਪਿੱਛੇ ਨਹੀਂ ਜਾਊਂਗਾ, ਮਾਡਰਨ ਹਿਸਟਰੀ ਦੀ ਗੱਲ ਕਰੂੰਗਾ। ਜੇ ਆਪਾਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਜਾਂ ਦੇਸ਼ ਦੇ ਵਿੱਚ ਇੱਕ
ਉਹਨਾਂ ਨੇ ਬਾਅਦ ਦੇ ਵਿੱਚ ਕੀ ਲਿਖਿਆ, ਇਕਬਾਲ ਪਹਿਲਾਂ ਤਾਂ ਲਿਖ ਰਹੇ ਨੇ ਤਰਾਨਾ ਹਿੰਦੀ ਅਤੇ ਬਾਅਦ 'ਚੋਂ ਤਰਾਨਾ ਮਿਲੀ ਲਿਖ ਰਹੇ ਨੇ। ਔਰ ਮੁਹੰਮਦ ਅਲੀ ਜਿਨ੍ਹਾਂ ਜਿਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਇਹ ਗੱਲ ਕਹੀ ਕਿ ਤੁਸੀਂ ਕੈਲਿਫ ਜਿਹੜੀ ਟਰਕੀ ਦੇ ਖਲੀਫੇ ਦੇ ਹੱਕ 'ਚ ਮੂਵਮੈਂਟ ਚੱਲੀ ਸੀ ਕਿ ਕਾਂਗਰਸ ਇੱਕ ਸੈਕੂਲਰ ਔਰਗਨਾਈਜੇਸ਼ਨ, ਸਾਨੂੰ ਉਹਨੂੰ ਸਪੋਰਟ ਨਹੀਂ ਕਰਨੀ ਚਾਹੀਦੀ, ਉਹ ਅਖੀਰ 'ਚ ਆਣ ਕੇ ਪਾਕਿਸਤਾਨ ਦੀਆਂ ਗੱਲਾਂ ਕਰਨ ਲੱਗੇ, ਕਿਤੇ ਨਾ ਕਿਤੇ ਮਨ ਨੂੰ ਉਹਦੀ ਭਾਵਨਾ ਨੂੰ ਜ਼ਰੂਰ ਠੇਸ ਪਹੁੰਚੀ ਹੋਏਗੀ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਸਭ ਤੋਂ ਜ਼ਰੂਰੀ ਇਹ ਹੈ ਕਿ ਲੋਕ ਬਣਾ ਲੇਤੇ ਹੈ ਇਖਲਾਕ ਕੇ ਮਿਆਰ ਆਪਣੇ ਲਈ ਔਰ ਔਰੋਂ ਕੇ ਲੀਏ, ਔਰ ਜਦੋਂ ਤੱਕ ਸਾਡੇ ਮਿਆਰ ਇੱਕ ਨਹੀਂ ਹੋ ਜਾਂਦੇ, ਜਦੋਂ ਤੱਕ ਸਾਡੀ ਸੋਚ ਸਾਡੀ ਕਹਿਣੀ ਅਤੇ ਕਥਨੀ ਦੇ ਵਿੱਚ, ਜਿਵੇਂ ਇਕਬਾਲ ਨੇ ਕਿਹਾ, ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਮੇਂ ਮੋਲੇਤਾ ਹੈ, ਗੁਫਤਾਰ ਕਾ ਗਾਜ਼ੀ ਵੋ ਤੋਂ ਬਣਾ ਕਿਰਦਾਰ ਕਾ ਗਾਜ਼ੀ ਬਣ ਨਾ ਸਕਿਆ, ਜਦੋਂ ਤੱਕ ਅਸੀਂ ਆਪਣੀ ਕਹਿਣੀ ਅਤੇ ਕਥਨੀ 'ਚ ਫਰਕ ਪਾਉਂਦੇ ਰਹਾਂਗੇ ਔਰ ਆਪਣੇ ਸਿਆਸੀ ਮੰਤਵਾਂ ਲਈ ਆਪਾਂ ਸਮਾਜ ਨੂੰ ਉਦੋਂ ਤੱਕ ਇਹ ਨਹੀਂ। ਔਰ ਮੈਂ ਇਤਿਹਾਸ ਦੇ ਪਰਫੇਕਟ ਦੇ ਵਿੱਚ ਮੈਂ ਇੱਕ ਸੈਕਿੰਡ ਹੋਰ ਲਵਾਂਗਾ ਤੁਹਾਡਾ ਜੀ, ਕਿ ਜਿਨ੍ਹਾਂ ਨੇ ਕਿਹਨਾਂ ਨੇ ਇਨਵੇਡਰਸ ਕਿਹਨਾਂ ਨੇ ਲੈ ਕੇ ਆਏ, ਜਦੋਂ ਕੋਈ ਤਾਕਤਵਰ ਕਿਸੇ ਦੂਸਰੇ 'ਤੇ ਆਪਣਾ ਰੋਬ ਜਮਾਉਂਦਾ, ਉਹਦੇ 'ਤੇ ਠੋਸਣ ਦੀ ਕੋਸ਼ਿਸ਼ ਕਰਦਾ, ਜੈਚੰਦ ਨੇ ਕਿੰਨਾ ਪਰੇਸ਼ਾਨ ਹੋ ਕੇ ਜਿਹੜਾ ਬਾਹਰਲਿਆਂ ਨੂੰ ਇਨਵੇਡਰਸ ਨੂੰ ਬੁਲਾਇਆ ਸੀਗਾ। ਔਰ ਦੁਖਾਂਤ ਹੈ ਕਿ ਉਸ ਇਨਸਿਕਿਉਰਿਟੀ 'ਚੋਂ ਉਪਜਿਆ ਕਿ ਸਾਡੇ ਦੇਸ਼ ਦੀ 200 ਸਾਲ ਦੀ ਗੁਲਾਮੀ, ਔਰ ਵਸ ਇਹ ਆ ਕਿ ਅਸੀਂ ਕਿਸੇ ਦੇਸ਼ ਦੇ ਗੁਲਾਮ ਨਹੀਂ ਹੋਏ, ਅਸੀਂ ਇੱਕ ਜਿਹੜੀ ਕੰਪਨੀ ਸੀ, ਜਿਹੜੀ ਇੱਕ ਤਜਾਰਤੀ ਕੰਪਨੀ ਸੀ, ਉਹਨੇ ਸਾਨੂੰ ਗੁਲਾਮ ਕਰ ਰਿਹਾ, ਇਹਦੇ ਕਾਰਨਾਂ 'ਚ ਆਪਾਂ ਨੂੰ ਜਾਣਾ ਪਵੇਗਾ। ਔਰ ਅਸਹਿਣਸ਼ੀਲਤਾ ਸਭ ਤੋਂ ਜੀ ਮਜੀਠੀਆ ਜੀ, ਬਿਲਕੁਲ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਉਸੇ ਕੰਪਨੀ ਦੇ ਵਿੱਚ ਆਪਣੀਆਂ ਲੜਾਈਆਂ ਕਰਕੇ, ਆਪਣੇ ਝਗੜਿਆਂ ਕਰਕੇ ਪੰਜਾਬ ਆਖਰ ਦੇ ਵਿੱਚ ਗੁਲਾਮ ਬਣਿਆ। ਸਾਡਾ ਮੁੱਦਾ ਨਹੀਂ ਹੈ ਬੇਸ਼ੱਕ ਲਾਲਪੁਰੇ, ਜਦੋਂ ਉਸ ਮੁੱਦੇ 'ਤੇ ਆਪਾਂ ਗੱਲ ਕਰਦੇ ਹਾਂ, ਇਹਦੇ 'ਚ ਇੱਕ ਰਿਲੀਜੀਅਸ ਇਨਟੋਲਰੈਂਸ ਜੀ, ਇਹ ਵੀ ਬੜਾ ਵੱਡਾ ਮਾਮਲਾ। ਜਿੱਦਾਂ ਆਪਾਂ ਬਾਬਰੀ ਮਸਜਿਦ ਦੇ ਵਿਵਾਦਿਤ ਢਾਂਚੇ ਦੀ ਗੱਲ ਕਰਦੇ ਹਾਂ, 84 ਦੇ ਜਿਹੜੇ ਹੈਗੇ ਅਟੈਕ ਉਹਨਾਂ ਦੀ ਗੱਲ ਕਰਦੇ ਹਾਂ, ਇਹਨਾਂ ਸਾਰਿਆਂ ਮੁੱਦਿਆਂ 'ਤੇ ਜਦੋਂ ਸਾਡੇ ਮੁਲਕ 'ਚ ਇਸ ਤਰ੍ਹਾਂ ਦੀ ਗੱਲ ਜਿਹੜੀ ਫੈਲਦੀ ਹੈ ਤਾਂ ਇੱਕ ਜਿਹੜੀ ਘੱਟ ਗਿਣਤੀ ਹੈ ਉਹਦੇ 'ਚ ਇਨਸਿਕਿਉਰਿਟੀ ਦੀ ਫੀਲਿੰਗ ਨਹੀਂ ਪੈਦਾ ਹੁੰਦੀ। ਗੱਲ ਇਹ ਆ ਜੀ, ਪਹਿਲਾਂ ਅਸੀਂ ਇਸ ਮੁਲਕ ਦੇ ਵਾਸੀ ਹੈਗੇ ਹਾਂ ਕਿ ਨਹੀਂ ਹੈਗੇ? ਸਿੱਧੂ ਸਾਹਿਬ, ਬਿਲਕੁਲ ਹੋ ਰਹੀ ਹੈ। ਗੱਲ ਇਹ ਹੈ ਕਿ ਅਸੀਂ ਇਹਦੀ ਪਹਿਲੇ ਜਾਈਏ, ਲਮਹੋਂ ਨੇ ਖਤਾ ਕੀ, ਸਦੀਓਂ ਨੇ ਸਜ਼ਾ ਪਾਈ। ਇਹ ਅਸੀਂ ਫੜਿਆ ਕਿਉਂ? ਜਿਹੜੀਆਂ 3 ਨੇਸ਼ਨ ਫਾਰਮੂਲਾ 1935 'ਚ ਅੰਗਰੇਜ਼ ਨੇ ਦਿੱਤਾ ਸੀ, ਮੁਸਲਮਾਨ ਹਿੰਦੂ ਅਤੇ ਸਿੱਖਾਂ ਦਾ, ਅਸੀਂ ਉਹਨੂੰ ਮੰਨ ਕਿਉਂ ਲਿਆ? ਇਹਨੂੰ ਕਾਂਗਰਸ ਨੇ ਮੰਨ ਲਿਆ ਉਦੋਂ ਕਿ ਠੀਕ ਹੈ ਜੀ, ਅਸੀਂ ਨਾਲ ਹੈ। ਫਿਰ ਮੁੜ ਕੇ ਇਹਨਾਂ ਨੇ ਸਿੱਖ ਉਹਨਾਂ ਨੂੰ ਵੀ ਜੋੜਨ ਦੀ ਗੱਲ ਕੀਤੀ। ਅੱਜ ਤੱਕ ਅਸੀਂ ਉਸੇ ਚੱਕਰ ਲਪੇਟੇ 'ਚ ਹੈਗੇ ਹਾਂ। ਗੱਲ ਇਹ ਹੈ ਕਿ ਕਿਸੇ ਨੇ ਇਹਨੂੰ ਚੰਗੇ ਢੰਗ ਨਾਲ ਸੁਲਝਾਉਣ ਦੀ ਅੱਜ ਤਾਈਂ ਮੈਂ ਤਾਂ ਕਦੇ ਨਹੀਂ ਕੋਸ਼ਿਸ਼ ਕੀਤੀ ਵੇਖੀ, ਕਿਉਂਕਿ ਜੇ ਅਸੀਂ ਚਾਹੀਏ ਸਾਰੇ ਲੋਕਾਂ ਨੂੰ ਮਿਲ ਬੈਠ ਕੇ ਤਾਂ ਸਾਰੇ ਸਮੱਸਿਆਵਾਂ ਹੱਲ ਹੋ ਸਕਦੀਆਂ। ਜੀ, ਇੰਪੋਰਟੈਂਟ ਕੁਐਸਚਨ ਜਿਹੜਾ ਹੈਗਾ ਜੋਸ਼ੀ, ਮੈਂ ਇਸ ਬਹਿਸ ਦੇ ਵਿੱਚ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ, ਕਿਉਂਕਿ ਪੋਲੀਟੀਕਲ ਤੌਰ 'ਤੇ ਇਨਟੋਲਰੈਂਸ, ਅਸੀਂ ਸਾਡੀ ਪਾਰਲੀਮੈਂਟ ਠੱਪ ਹੁੰਦੀ ਹੈ, ਸਾਡੀਆਂ ਜਿਹੜੀਆਂ ਵਿਧਾਨ ਸਭਾ 'ਚ ਖੱਪਖਾਨਾ ਹੁੰਦਾ, ਮਜੀਠੀਆ ਜੀ ਇੱਥੇ ਬੈਠੇ ਹੈ, ਅਕਸਰ ਇਹ ਕਿਹਾ ਜਾਂਦਾ ਕਿ ਵਿਰੋਧੀ ਧਿਰ 'ਤੇ ਇਸ ਤਰ੍ਹਾਂ ਦੇ ਕੇਸ ਬਣਾਏ ਜਾਂਦੇ ਆ। ਜੇ ਆਪਾਂ ਛੋਟੀ ਜਿਹੀ ਗੱਲ ਕਰੀਏ ਤਾਂ ਪਿਛਲੇ ਦਿਨਾਂ 'ਚ ਪੰਜਾਬ 'ਚ ਜਿਹੜਾ ਸੰਜੇ ਸਿੰਘ ਆਮ ਆਦਮੀ ਪਾਰਟੀ ਦਾ ਨੇਤਾ, ਉਹਦੇ ਮੇਰੇ ਖਿਆਲ ਪੰਜਾਬ 'ਚ ਕਈ ਥਾਵਾਂ 'ਤੇ ਕੇਸ ਦਰਜ ਕਰ ਦਿੱਤੇ ਗਏ ਕਿ ਜੇ ਪੰਜਾਬ 'ਚ ਆਉਂਗੇ ਤਾਂ ਤੁਹਾਡੇ ਨਾਲ ਇਹੋ ਜਿਹਾ ਹੀ ਹਸ਼ਰ ਹੋਏਗਾ। ਇਹ ਇਨਟੋਲਰੈਂਸ ਪੋਲੀਟੀਕਲ ਤੌਰ 'ਤੇ ਵੀ ਇੱਕ ਬਹੁਤ ਵੱਡਾ ਮੁੱਦਾ ਨਹੀਂ ਆਪਣੇ ਆਪ? ਪਰਚਾ ਦਰਜ ਨਹੀਂ ਹੋਇਆ, ਕੋਰਟ 'ਚ ਕੰਪਲੇਂਟ ਹੋਈ ਹੈ, ਕੋਰਟ ਨੇ ਕੰਪਲੇਂਟ ਨੂੰ ਐਂਟਰਟੇਨ ਕੀਤਾ, ਡੈਫਾਮੇਸ਼ਨ ਦੀ ਕੀਤਾ। ਅਗਰ ਸੰਜੇ ਸਿੰਘ ਜੀ ਕੋਲ ਉਹਦੇ ਉਸ ਪਾਰਟੀਕੁਲਰ ਲੀਡਰ ਦੇ ਖਿਲਾਫ ਉਹਦੇ ਕੋਲ ਪੁਆਇੰਟਸ ਹੈਗੇ ਨੇ, ਮੈਟਰ ਕੋਰਟ 'ਚ ਲੈਵੇ, ਹੁਣ ਉਹ ਸਮਨ ਰਿਸੀਵ ਨਹੀਂ ਕਰ ਰਿਹਾ, ਨੱਠ ਰਿਹਾ, ਕਿਉਂ ਨੱਠ ਰਿਹਾ? ਕਰੇ ਨਾ ਜੀਠੀਆ ਜੀ, ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਇਹ ਜ਼ਰੂਰ ਜਾਣਨਾ ਚਾਹਾਂਗਾ ਕਿ ਕੈਪਟਨ ਬਰਿੰਦਰ ਸਿੰਘ ਨੇ ਪਾਰਟੀਕੁਲਰ ਇਹ ਗੱਲਾਂ ਕਹੀਆਂ ਕਿ ਪੰਜਾਬ ਦੇ ਅੰਦਰ ਵਿਰੋਧੀਆਂ ਦੇ ਪਰਚੇ ਦਰਜ ਕੀਤੇ ਜਾ ਰਹੇ ਆ। ਇਸੇ ਤਰ੍ਹਾਂ ਦਿੱਲੀ ਦੇ ਚੀਫ ਮਿਨਿਸਟਰ ਜਦੋਂ ਇੱਥੇ ਮੁਕਤਸਰ ਦੇ ਮਾਘੀ ਦੇ ਮੇਲੇ 'ਤੇ ਆਏ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਟੈਕਨੀਕਲੀ ਕਿਤੇ ਕੋਰਟ 'ਚ ਹੋਇਆ, ਕਿਤੇ ਪੁਲਿਸ 'ਚ ਹੋਇਆ, ਕਿਉਂਕਿ ਇੱਕ ਪਰਚਾ ਨਹੀਂ ਹੈ ਸਰਕਾਰ ਜੀ, ਟੈਕਨੀਕਲੀ ਜੋਸ਼ੀ ਜੀ, ਇੱਕ ਪਰਚਾ ਨਹੀਂ ਹੈ। ਉਹਨਾਂ ਨੂੰ ਕਿਹਨੇ ਰਾਈਟ ਦਿੱਤਾ ਹੈ? ਤੁਸੀਂ ਕਿਸੇ ਦੀ ਡਿਫੇਮ ਕਰੋ, ਕਿਸੇ ਦੇ ਬਾਰੇ ਵਿੱਚ ਉਲਟਾ ਬੋਲੋ, ਜਾਂ ਤੁਹਾਡਾ ਐਵੀਡੈਂਸ ਨਹੀਂ ਹੈ, ਉਹ ਡਰੱਗ ਸਮਗਲਰ ਐਵੀਡੈਂਸ ਆਵੇ ਨਾ, ਵੀਡੀਓ ਦਿਖਾਵੇ ਨਾ, ਓਕੇ ਬੋਲਣ ਨਾਲ ਥੋੜੀ ਹੋ ਜਾਂਦਾ। ਆਮ ਆਦਮੀ ਪਾਰਟੀ ਦਾ ਪੈਟਰਨ ਹੀ ਬਣਿਆ ਕਿ ਜਿੱਥੇ ਜਾਓ ਪੱਥਰ ਸੁੱਟੋ ਤੇ ਨੱਠ ਜਾਓ। ਓਕੇ ਓਕੇ ਜੋਸ਼ੀ ਜੀ, ਬੇਨਤੀ ਕਰਾਂਗਾ। ਓਕੇ, ਥੈਂਕ ਯੂ ਵੈਰੀ ਮਚ ਮਿਸਟਰ। ਮੈਂ ਬੇਨਤੀ ਕਰਨੀ ਚਾਹੁੰਦਾ, ਮੈਂ ਜੋਸ਼ੀ ਸਾਹਿਬ ਨੂੰ ਇਹਨਾਂ ਦੀ ਜਾਣਕਾਰੀ 'ਚ ਕੁਛ ਵਾਧਾ ਕਰਨਾ ਚਾਹੁੰਦਾ। ਜਿਹੜੇ ਮੁੱਦੇ 'ਤੇ ਸੰਜੇ ਸਿੰਘ ਜੀ 'ਤੇ ਪਰਚਾ ਦਰਜ ਕੀਤਾ ਹੈਗਾ, ਸਿਰਫ ਆਪਣਾ ਜਿਹੜਾ ਕੋਰਟ ਦੇ ਵਿੱਚ ਮੂਵ ਹੋਇਆ, ਹਰ ਇੱਕ ਦਾ ਫੰਡਾਮੈਂਟਲ ਰਾਈਟ ਆ। ਮੈਂ ਖੁਦ ਲਾਅ ਗ੍ਰੈਜੂਏਟ ਹਾਂ ਕਿ ਕੋਈ ਵੀ ਬੰਦਾ ਜੇ ਕੋਈ ਮਹਿਸੂਸ ਕਰੇ ਕਿ ਵੀ ਮੇਰੀ ਜਿਹੜੀ ਇੱਜ਼ਤ ਤਣਖ ਆ ਜਾਂ ਮੇਰੀ ਜਿਹੜੀ ਗਰਿਮਾ ਆ ਉਹਦੇ 'ਤੇ ਕਿਸੇ ਨੇ ਠੇਸ ਪਹੁੰਚਾਈ ਆ, ਤਾਂ ਉਹ ਮਾਨਾ ਨਹੀਂ ਦਾ ਕੇਸ ਕਰ ਸਕਦਾ। ਬਿਲਕੁਲ, ਉਹ ਫੰਡਾਮੈਂਟਲ ਰਾਈਟ ਆ, ਔਰ ਉਹ ਬਿਕਰਮ ਸਿੰਘ ਹੋਣਾ ਦਾ ਵੀ ਫੰਡਾਮੈਂਟਲ ਰਾਈਟ, ਨੋ ਡਾਊਟ ਇਨ ਇਟ। ਪਰ ਕਰਨ ਤੋਂ ਬਾਅਦ ਜਿਹੜਾ ਪ੍ਰੈਸ ਨੂੰ ਉਹ ਮੁਖਾਤਬ ਹੋਇਆ, ਅਤੇ ਜਿਹੜੀ ਬਾਡੀ ਲੈਂਗੁਏਜ ਸੀ ਬਿਕਰਮ ਸਿੰਘ ਹੋਣਾ ਦੀ, ਅਤੇ ਜਿਹਦੇ 'ਚ ਇਹ ਕਿਹਾ ਗਿਆ ਕਿ ਇਹਨੂੰ ਯੂਪੀ ਭੇਜ ਕੇ ਛੱਡੂੰਗਾ ਮੈਂ, ਉਹ ਗੱਲ ਆ, ਗੱਲ ਸਿੰਪਲ ਨਹੀਂ ਆ। ਗੱਲ ਮੈਂ ਵਾਅਦਾ ਕਰਦੇ ਹਾਂ, ਇਹ ਵੀ ਕਿਹਾ ਗਿਆ ਮਾਘੀ ਦੇ ਮੇਲੇ ਦੇ ਉੱਤੇ ਕਿ ਟੋਪੀਆਂ ਵਾਲਿਆਂ ਨੂੰ ਸਾਫ਼ ਕਰ ਦਿਆਂਗੇ, ਸਾਫ਼ ਕਰ ਦਿਆਂਗੇ। ਇੱਕ ਵੀ ਕਈ ਕਈ ਹੋਰ ਵੀ, ਮੈਂ
ਮੈਂ 8500 crore ਦਾ ਸਕੈਂਡਲ ਸਭ ਤੋਂ ਪਹਿਲਾਂ 2011 ਦੇ ਵਿੱਚ ਸਪਟੰਬਰ 2011 ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੀਤਾ ਸੀ। ਮੈਨੂੰ ਬਿਕਰਮ ਸਿੰਘ ਹੋਣਾ ਕਿਹਾ ਸੀਗਾ ਕਿ ਡੈਫਾਮੇਸ਼ਨ ਕਰਨਗੇ, ਮੈਂ ਉਦੋਂ ਵੀ ਕਿਹਾ ਸੀਗਾ ਵੀ ਕਰੋ ਮੇਰੇ 'ਤੇ। ਮੈਂ ਡਰੱਗਸ ਦੇ ਮੁੱਦੇ 'ਤੇ ਵੀ ਬਿਕਰਮ ਸਿੰਘ ਹੋਣਾ, ਔਰ ਮੈਂ ਅੱਜ ਵੀ ਸਾਹ ਸੁਖਬੀਰ ਸਿੰਘ ਬਾਦਲ, ਚਲੋ ਵੱਡੇ ਬਾਦਲ ਸਾਹਿਬ ਇਸ ਵੇਲੇ ਸਿਹਤਯਾਬ ਨਹੀਂ ਗਏ, ਮੈਂ ਉਹਨਾਂ ਨੂੰ ਹਮੇਸ਼ਾ ਇਹ ਗੱਲ ਕਹਿੰਦਾ ਕਿ ਤੁਸੀਂ ਔਨ ਰਿਕਾਰਡ, ਕਿਉਂਕਿ ਇੱਥੇ ਆਣ ਕੇ ਮੋਦੀ ਜੀ ਨੇ ਵੀ ਕਿਹਾ ਸੀਗਾ, ਬੜੇ ਮੈਂ ਮਹਿਸੂਸ ਕਰਦਾ ਵੀ ਉਹਨਾਂ ਨੇ ਸ਼ਿੱਦਤ ਨਾਲ ਫੀਲ ਕੀਤਾ ਸੀ ਕਿ ਪੰਜਾਬ ਡਰੱਗਸ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਆ, ਔਰ ਸਾਰੀਆਂ ਭਾਵੇਂ ਕੋਈ ਜਿੰਨੀ ਮਰਜ਼ੀ ਬਹਿਸ ਕਰੇ, ਅਤੇ ਮੈਂ ਕਿਹਾ ਸੀ ਖੁਦ ਲੜ ਰਿਹਾ, ਮੈਂ ਬੇਨਤੀ ਕਰਨਾ, ਮੈਂ ਇਹੀ ਗੱਲ ਕਰ ਰਿਹਾ, ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਵੀ ਮੋਦੀ ਜੀ, ਰਾਜਨਾਥ ਸਿੰਘ ਜੀ, ਸਾਹ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਔਨ ਰਿਕਾਰਡ ਕਹਿਣ, ਔਨ ਰਿਕਾਰਡ ਕਿ ਅਸੀਂ ਇੰਟਰਪੋਲ ਦੀ ਕਿਆਦਤ ਦੇ ਵਿੱਚ CBI ਇਨਕੁਆਇਰੀ ਕਰਾਵਾਂਗੇ, ਕਿਉਂਕਿ ਇਹਦਾ ਡਰੱਗ ਦੀਆਂ, ਤੇ ਮੈਂ ਇਹਨਾਂ ਦੇ ਨਾਂ ਦਵਾਂਗਾ, ਮੈਂ ਅਕਾਲੀ ਲੀਡਰ ਸਾਹਿਬਾਨ ਦੇ ਨਾਂ ਦਵਾਂਗਾ ਜਿਹੜੇ ਡਰੱਗ 'ਚ ਇਨਵੋਲਵ ਨੇ, ਔਰ ਸਾਹਿਬ ਬਿਕਰਮ ਸਿੰਘ ਮੇਰੇ ਤੇ ਡਿਫਾਮੇਸ਼ਨ ਕੇਸ ਫਾਈਲ ਕਰਦਾ ਜੀ। ਥੈਂਕ ਯੂ ਵੈਰੀ ਮੱਚ। ਇਹਨਾਂ ਸਾਰੇ ਮੁੱਦਿਆਂ ਤੇ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਮੈਂ ਵਨੀਤ ਜੋਸ਼ੀ ਜੀ, ਲਾਲ ਪ੍ਰਸਾ ਮਜੀਠੀਆ ਜੀ, ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹੈ। ਔਰ ਸਾਡੇ ਦਰਸ਼ਕਾਂ ਲਈ ਦੋ ਪੜਾਵੀ ਚਰਚਾ ਦੇ ਬਾਰੇ ਕੋਈ ਵੀ ਆਪਣੀ ਰਾਏ ਜਾਂ ਸੁਨੇਹਾ ਦੇਣਾ ਹੋਵੇ, ਸਾਡਾ ਪਤਾ ਜਗਤਾਰ ਸਿੱਧੂ @GlobalPunjabTV.com।